ਤੇ ਜਿੱਥੇ ਕੋਟਕਪੂਰਾ ਦੇ ਵਿੱਚ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ, ਉਸ ਤਰ੍ਹਾਂ ਸੂਬੇ ਦੀ ਵੀ ਫਿਕਰ ਪੁਲਿਸ ਪ੍ਰਸ਼ਾਸਨ ਨੂੰ ਪੂਰੀ ਹੈ। ਬਰਨਾਲਾ ਦੀ ਗੱਲ ਕਰੀਏ ਤਾਂ ਉੱਥੇ ਵੀ ਸੁਰੱਖਿਆ ਦੇ ਪੂਰੇ ਇੰਤਜ਼ਾਮ ਕੀਤੇ ਗਏ ਨੇ। ਤਸਵੀਰਾਂ ਤੁਸੀਂ ਵੇਖ ਰਹੇ ਹੋ, ਬਰਨਾਲਾ ਦੇ ਵਿੱਚ ਵੀ ਸਿਕਿਉਰਿਟੀ ਜਿਹੜੀ ਹੈ ਲਗਾ ਦਿੱਤੀ ਗਈ ਹੈ, ਕਿਉਂਕਿ ਹਰ ਪਾਸੇ ਪੰਜਾਬ ਦੇ ਵਿੱਚ ਡੇਰਾ ਪ੍ਰੇਮੀ ਮੌਜੂਦ ਨੇ, ਹਰਿਆਣਾ ਦੇ ਵਿੱਚ ਵੀ, ਅਤੇ ਵੈਸੇ ਵੀ ਹਾਲਾਤ ਜਿਹੜੇ ਨੇ ਉਹ ਕਿਸੇ ਤਰ੍ਹਾਂ ਦੇ ਖਰਾਬ ਨਾ ਹੋਣ, ਆਮ ਲੋਕਾਂ ਨੂੰ ਕਿਸ ਤਰ੍ਹਾਂ ਦੀ ਮੁਸੀਬਤ ਦਾ ਸਾਹਮਣਾ ਨਾ ਕਰਨਾ ਪਵੇ, ਉਸ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ ਹੈ। ਕਿਸੇ ਤਰ੍ਹਾਂ ਦੀ ਕੋਈ ਅਜਿਹੀ ਹੁੱਲੜਬਾਜ਼ੀ ਜਾਂ ਫਿਰ ਮਾਹੌਲ ਖਰਾਬ ਨਹੀਂ ਕਰਨ ਦਿੱਤਾ ਜਾਏਗਾ। ਕਮੇਟੀ ਮਿੰਦਰਪਾਲ ਬਿੱਟੂ ਦੇ ਕਤਲ ਤੋਂ ਬਾਅਦ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਬਹਾਲ ਕਰਨ ਵਾਸਤੇ ਪੁਲਿਸ ਹੈਗੀ ਹੈ ਜਿਹੜੀ, ਉਸਨੇ ਨਾਕੇ ਗਸ਼ਤਾਂ ਵਧਾ ਦਿੱਤੀਆਂ ਹੈਗੀਆਂ, PCR ਔਰ ਜੋ ਪੈਰਾਮਿਲਟਰੀ ਫੋਰਸ ਦੀ ਤੈਨਾਤੀ ਕਰ ਦਿੱਤੀ ਗਈ ਹੈਗੀ ਹੈ। ਬਰਨਾਲਾ ਦੇ ਵਿੱਚ ਪੁਲਿਸ ਵੱਲੋਂ ਕਰੜੇ ਸੁਰੱਖਿਆ ਪ੍ਰਬੰਧ ਕੀਤੇ ਗਏ ਹੈਗੇ ਆ। ਸਾਡੇ ਨਾਲ City 1 ਦੇ SHO ਗੁਰਵੀਰ ਸਿੰਘ ਹੈਗੇ ਆ, ਉਹ ਜਾਣਦੇ ਆ ਉਹਨਾਂ ਤੋਂ ਕਿਸ ਤਰ੍ਹਾਂ ਦੀ ਜੋ ਸ਼ਹਿਰ ਦੀ ਸੁਰੱਖਿਆ ਉਹ ਚਾਕ ਚੌਬੰਦ ਕੀਤੀ ਗਈ ਹੈਗੀ ਹੈ। ਗੁਰਵੀਰ ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਜੋ ਇਸ ਟਾਈਮ ਪੰਜਾਬ ਦੇ ਟੈਂਸ਼ਨ ਦਾ ਮਾਹੌਲ ਹੈ, ਉਸ ਨੂੰ ਲੈ ਕੇ ਬਰਨਾਲਾ ਪੁਲਿਸ ਦੀਆਂ ਕੀ ਤਿਆਰੀਆਂ ਨੇ ਜੀ? ਸਾਡੇ ਵੱਲੋਂ ਵੱਖਰੇ ਵੱਖਰੇ ਨਾਕੇ ਲਗਾਏ ਗਏ ਆ, ਸਾਡੀਆਂ ਪੈਟਰੋਲਿੰਗ, PCR, ਸਾਡੀਆਂ ਗਸ਼ਤਾਂ ਚੱਲ ਰਹੀਆਂ ਨੇ, ਅਤੇ ਹਰ ਪੱਖੋਂ ਸੁਰੱਖਿਆ ਦੇ ਪ੍ਰਬੰਧ ਕਾਇਮ ਕੀਤੇ ਗਏ ਨੇ। ਪੈਰਾਮਿਲਟਰੀ ਫੋਰਸ ਵੀ ਡਿਪਲਾਈ ਕੀਤੀ ਹੈ ਬਰਨਾਲੇ ਜੀ? ਨਹੀਂ, ਪੈਰਾਮਿਲਟਰੀ ਫੋਰਸ ਤਾਂ ਨਹੀਂ ਹੈਗੀ, ਲੇਕਿਨ ਸਾਡੇ ਜਿਹੜੇ ਜਲੰਧਰ ਤੋਂ ARP ਵਗੈਰਾ ਆਈ ਵੀ ਹੈ ਫੋਰਸ ਸਾਡੀ, ਉਹਨੂੰ ਅਸੀਂ ਤੈਨਾਤ ਕੀਤਾ ਹੋਇਆ। ਕਿੰਨੇ ਕੁ ਜੋ ਇਸ ਟਾਈਮ ਨਾਕੇ ਜਿਹੜੇ ਵੀ ਰਾਊਂਡ ਦੀ ਕਲੋਕ ਕਿੰਨੇ ਲਾਏ ਹੋਏ ਹੈਗੇ ਤੁਹਾਡੇ? ਸਾਡੇ ਸ਼ਹਿਰ ਦੇ ਵਿੱਚ 3 ਨਾਕੇ ਸਾਡੇ ਰਾਊਂਡ ਦੀ ਕਲੋਕ ਚੱਲਦੇ ਆ, ਬਾਕੀ ਸਾਡੇ ਜਿਹੜੇ 6 PCR ਆ ਉਹ ਵੀ ਰਾਊਂਡ ਦੀ ਕਲੋਕ 24 ਘੰਟੇ ਚੱਲਦੇ ਆ। ਸੋ ਇਹ ਸਨ SHO ਗੁਰਵੀਰ ਸਿੰਘ, ਜਿਨ੍ਹਾਂ ਨੇ ਕਿਹਾ ਕਿ ਜੋ ਨਾਕੇ ਹੈਗੇ ਆ, PCR ਹੈਗੇ ਆ, ਰਾਊਂਡ ਦੀ ਕਲੋਕ ਲਾਏ ਗਏ ਹੈਗੇ ਆ, ਔਰ ਕਿਸੇ ਤਰ੍ਹਾਂ ਦੀ ਅਨਸੁਖਾਮੀ ਘਟਨਾ ਨਾ ਵਾਪਰੇ, ਇਸ ਦੇ ਲਈ ਪੁਲਿਸ ਹੈ ਜਿਹੜੀ ਪੂਰੀ ਚਾਕ ਚੌਬੰਦ ਹੈਗੀ ਹੈ। ਕੈਮਰਾਮੈਨ ਨਿਰਮਲ ਕੁਮਾਰ ਦੇ ਨਾਲ ਰਜੇਸ਼ ਕੁਮਾਰ, ਲਿਵਿੰਗ ਇੰਡੀਆ ਨਿਊਜ਼, ਬਰਨਾਲਾ। ਅਤੇ ਫਿਲਹਾਲ ਪੁਲਿਸ ਨੇ ਆਪਣੀ ਪੂਰੀ ਤਰ੍ਹਾਂ ਮੁਸਤੈਦੀ ਵਰਤੀ ਹੋਈ ਹੈ ਤਾਂ ਕਿ ਅਨਸੁਖਾਵੀ ਘਟਨਾ ਕੋਈ ਨਾ ਵਾਪਰੇ। ਅਤੇ ਫਿਲਹਾਲ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ, ਮੈਨੂੰ ਦਿਲਚਸਪ, ਧੰਨਵਾਦ।